ਦੇਖੋ, ਅੱਜ ਤੋਂ ਮਹੀਨੇ ਪਹਿਲੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਔਨ ਰਿਕਾਰਡ ਤੁਸੀਂ ਉਹ ਕਢਾ ਸਕਦੇ ਹੋ। ਕਿਸੇ ਸਾਥੀ ਨੇ ਭਗਵੰਤ ਮਾਨ ਸਾਹਿਬ ਨੂੰ ਸਵਾਲ ਪੁੱਛਿਆ ਸੀ ਵੀ ਜਿਹੜੇ ਪੰਚਾਇਤੀ ਚੋਣ ਹੈ ਉਹ ਕਿਵੇਂ ਕਰਾਓਗੇ, ਅਤੇ ਉੱਥੇ ਮਾਨ ਸਾਹਿਬ ਨੇ, ਮਾਨਯੋਗ CM ਸਾਹਿਬ ਨੇ ਹਾਊਸ ਦੇ ਵਿੱਚ ਕਿਹਾ ਵੀ ਅਸੀਂ ਬਿਲਕੁਲ ਉਹਨਾਂ ਨੂੰ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ। ਅਤੇ ਇੱਕ ਉਹਨਾਂ ਨੇ ਗੱਲ ਕੀਤੀ ਵੀ ਜਿਹੜਾ ਅਸੀਂ ਅਮੈਂਡਮੈਂਟ ਲੈ ਕੇ ਆਏ ਹਾਂ ਐਕਟ ਦੇ ਵਿੱਚ, ਆ ਜਿਹੜਾ ਪਾਰਟੀਬਾਜ਼ੀ ਤੋਂ ਵੱਖਰਾ ਕਰਕੇ ਬਿਨਾਂ ਪਾਰਟੀ ਸਿੰਬਲ ਦੇ ਉੱਤੇ, ਉਹਦਾ ਮਕਸਦ ਹੀ ਆਇਆ ਵੀ ਭਾਈਚਾਰੇ ਨੂੰ ਆਪਾਂ ਕਾਇਮ ਕਰਨਾ। ਅਤੇ ਹੁਣ ਅੱਜ ਜਲਾਲਾਬਾਦ ਦੇ ਵਿੱਚ ਅਸੀਂ ਮੈਂ ਆਇਆ, ਸਾਡੇ ਸਾਰੇ ਇੱਥੇ ਸਾਥੀ ਬੈਠੇ ਹੈ, ਅਤੇ ਤੁਸੀਂ ਵੇਖ ਲਓ ਕਿਵੇਂ ਕੱਲ੍ਹ ਜਲਾਲਾਬਾਦ ਦੇ ਵਿੱਚ ਜਿਹੜਾ ਕੁਛ ਹੋਇਆ, ਲੋਕਤੰਤਰ ਨੂੰ ਜਿਹੜੀ ਲੋਕਤੰਤਰ ਦੀ ਹੱਤਿਆ ਹੋਈ ਹੈ, ਜਿਹੜੀ ਗੁੰਡਾਗਰਦੀ ਬਦਮਾਸ਼ੀ ਜਿਹੜੀ ਕੱਲ੍ਹ ਹੋਈ ਹੈ, ਉਹ ਸਾਰਿਆਂ ਦੇ ਸਾਹਮਣੇ ਔਨ ਰਿਕਾਰਡ, ਤੁਸੀਂ ਵੀ ਉਹ ਵੀਡੀਓਜ਼ ਵੇਖੇ ਹੋਣੇ। ਐਂਡ ਹੁਣੇ ਜਿਵੇਂ ਦੱਸ ਰਹੇ ਸੀ ਕਾਕਾ ਜੀ ਹੋਰੀ, ਅਸ਼ੋਕ ਜੀ ਹੋਰੀ ਜਿਹੜੀ ਗੱਲ ਕਰਕੇ ਗਏ, ਕਿਵੇਂ ਜਿਹੜੀ ਸਾਡੀ ਮਾਤਰ ਸ਼ਕਤੀ ਹੈ, ਸਾਡੀ ਮਾਤਾਵਾਂ ਭੈਣਾਂ ਜਿਹੜੇ ਆਪਣੇ ਫੋਰਮ ਭਰਨ ਆਏ ਸੀ, ਉਹਨਾਂ ਨਾਲ ਪੁਲਿਸ ਨੇ ਕਿਸ ਤਰੀਕੇ ਦਾ ਵਿਵਹਾਰ ਕੀਤਾ, ਮੈਂ ਤਾਂ ਸੁਣ ਕੇ ਹੈਰਾਨ ਹਾਂ ਵੀ ਜਿਹੜੇ ਬਦਮਾਸ਼ੀ ਕਰ ਰਹੇ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਨੱਥ ਪਾਈ ਨਹੀਂ। ਸਰੇਆਮ ਗੁੰਡਾਗਰਦੀ ਹੋਈ ਹੈ, ਗੋਲੀਆਂ ਚੱਲੀ ਹੈ, ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਇੱਥੇ ਲੋਕਾਂ ਨੂੰ ਹੁਣ ਜਿਹੜਾ ਵਕਤ ਸੀ ਪਿੰਡਾਂ 'ਚ ਜਾ ਕੇ ਜਿਹੜੇ ਜਿਹੜੇ ਇੱਛੁਕ ਹੈ, ਜਿਹੜੇ ਚੋਣ ਲੜਨਾ ਚਾਹੁੰਦੇ ਸੀ, ਇੱਕ ਦੂਜੇ ਦੀ ਆਪਣੀ ਗੱਲ ਰੱਖਣੀ, ਆਪਣੀ ਪੰਚਾਇਤਾਂ ਬਣਾਉਣੀ, ਸਰਸਮਤੀਆਂ ਕਰਨੀ, ਲੋਕ ਆਮ ਆਦਮੀ ਸਰਕਾਰ ਨੇ, ਪ੍ਰਸ਼ਾਸਨ ਨੇ, ਸਪੈਸ਼ਲੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਜਲਾਲਾਬਾਦ ਦੇ ਵਿੱਚ ਲੋਕਾਂ ਨੂੰ ਮਜਬੂਰ ਕਰਤਾ, ਅੱਜ ਤੁਹਾਡੇ ਸਾਹਮਣੇ ਇੱਥੇ ਬੈਠੇ। ਮੈਂ ਤਾਂ ਐਜ਼ ਅ ਨੁਮਾਇੰਦਾ, ਐਜ਼ ਅ ਲੋਕਤੰਤਰ, ਮੈਂ ਵੀ ਅੱਜ ਜੇ MLA ਹਾਂ ਉਹ ਲੋਕਾਂ ਕਰਕੇ, ਲੋਕਾਂ ਦੀ ਬਦੌਲਤ ਲੋਕਤੰਤਰ ਮਜ਼ਬੂਤ ਸੀ, ਇਸ ਕਰਕੇ ਮੈਂ MLA ਬਣਿਆ। ਅਤੇ ਜਿਵੇਂ ਇਸ ਤਰੀਕੇ ਨਾਲ ਹੀ ਚੱਲਿਆ ਅਤੇ ਕਿਵੇਂ ਅੱਗੇ ਗਾਂ ਨੂੰ ਗੱਲ ਬਣੂਗੀ। ਐਂਡ ਭਗਵੰਤ ਮਾਨ ਸਾਹਿਬ, ਮੈਂ ਤੁਹਾਨੂੰ ਆਹ ਕਹਿਣਾ ਚਾਹੁੰਦਾ, ਜਦੋਂ ਸਰਕਾਰ 2.5 ਸਾਲ ਪਹਿਲੇ ਬਣਾਈ ਸੀ, ਤੁਸੀਂ ਹਰ ਇੱਕ ਦਫ਼ਤਰ ਦੇ ਵਿੱਚ 2 ਫੋਟੋਆਂ ਲਾਈ ਸੀ, ਇੱਕ ਬਾਬਾ ਸਾਹਿਬ ਦੀ, ਇੱਕ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ। ਅਤੇ ਲੋਕਤੰਤਰ ਦਾ ਜਿਹੜਾ ਹੁਣ ਸਾਰਾ ਕੁਛ ਨੰਗਾ ਨਾਚ, ਜਿਹੜੀ ਬਦਮਾਸ਼ੀ ਹੋ ਰਹੀ ਹੈ, ਫਿਰ ਤੁਸੀਂ ਕਿਉਂ ਬਾਬਾ ਸਾਹਿਬ ਨੂੰ ਬਦਨਾਮ ਕਰ ਰਹੇ ਹੋ, ਤੁਸੀਂ ਕਿਉਂ ਸ਼ਹੀਦ ਆਜ਼ਮ ਦੀ ਸੋਚ ਨੂੰ ਬਦਨਾਮ ਕਰ ਰਹੇ ਹੋ, ਆਹ ਕਿਹੜਾ ਇਨਕਲਾਬ ਹੈ, ਆਹ ਕੀ ਇਨਕਲਾਬ ਲੈ ਕੇ ਆਏ ਹੋ ਤੁਸੀਂ? ਅਤੇ ਇਸ ਕਰਕੇ ਧਿਆਨ ਦਿਓ, ਤੁਹਾਡੀ ਜਿਹੜੀ ਪ੍ਰਸ਼ਾਸਨ ਹੈ ਖਿੱਚੋ, ਜੇ ਤੁਹਾਨੂੰ ਪੰਜਾਬ ਦੀ ਕੋਈ ਪਰਵਾਹ ਹੈ, ਕੋਈ ਟੈਨਸ਼ਨ ਹੈ, ਪਤਾ ਤਾਂ ਕਰੋ ਕੀ ਕੁਛ ਹੋ ਰਿਹਾ ਪੰਜਾਬ 'ਚ, ਜਲਾਲਾਬਾਦ 'ਚ ਕੀ ਕੁਛ ਹੋ ਰਿਹਾ। ਸਪੈਸ਼ਲੀ ਤੁਸੀਂ ਤਾਂ ਇੱਥੋਂ ਜਲਾਲਾਬਾਦ ਤੋਂ ਚੋਣ ਵੀ ਲੜਿਆ, ਅਤੇ ਤੁਹਾਡੇ ਤਾਂ ਇੱਥੇ ਕੋਈ ਕੋਈ 4 ਯਾਰ ਦੋਸਤ ਹੋਣੇ ਹੈ, ਕੋਈ ਲੋਕਾਂ ਨਾਲ ਤੁਹਾਡੀ ਹਮਦਰਦੀ ਹੋਣੀ ਹੈ, ਪਤਾ ਕਰੋ ਕੀ ਹੋ ਕੀ ਰਿਹਾ ਪੰਜਾਬ 'ਚ, ਕੀ ਚੱਲ ਰਿਹਾ, ਗੋਲੀਆਂ ਚੱਲ ਰਹੀ ਹੈ, ਸਰੇਆਮ ਬਦਮਾਸ਼ੀਆਂ ਹੋ ਰਹੀ ਹੈ। ਅਤੇ ਬਾਕੀ ਹੁਣੇ ਜਿਵੇਂ ਕੁਝ ਸਾਥੀ ਦੱਸ ਕੇ ਗਏ, ਚਲੋ ਉਹ ਬਾਅਦ ਦੀ ਗੱਲਾਂ ਕਰਾਂਗੇ, ਜਿਹੜਾ ਕੁਝ ਜਲਾਲਾਬਾਦ 'ਚ ਚੱਲ ਰਿਹਾ ਉਹ ਚਰਚਾ ਬਾਅਦ 'ਚ ਕਰਾਂਗੇ। ਪਰ ਅੱਜ ਦਾ ਜਿਹੜਾ ਮੁੱਦਾ ਹੈ, ਜਿਹੜਾ ਕੁਝ ਸਾਡੇ ਨਾਲ ਹੋਇਆ, ਸਾਡੀ ਭੈਣਾਂ ਨਾਲ ਹੋਇਆ, ਜਿਹਨੇ ਕੀਤਾ ਹੈ ਉਹਦਾ ਨਿਆਂ ਮਿਲਣਾ ਚਾਹੀਦਾ। ਐਂਡ ਮੈਂ DC ਨੂੰ ਵੀ ਅਤੇ SSP ਸਾਹਿਬ ਨੂੰ ਵੀ ਮੈਂ ਅਪੀਲ ਕਰੂੰਗਾ ਵੀ ਇੱਥੇ ਆਓ, ਗੱਲਬਾਤ ਕਰੋ ਅਤੇ ਸਾਨੂੰ ਕੋਈ ਰਿਜ਼ਲਟ ਦੇ। ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਇਹ ਗੱਲ ਕਰਨੀ ਪੈ ਰਹੀ ਹੈ ਕਿ ਪਿਛਲੇ 2 ਦਿਨ ਤੋਂ ਜੋ ਜਲਾਲਾਬਾਦ ਦੇ ਵਿੱਚ 3 ਦਿਨ ਲਗਾਤਾਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਇਹ ਮੈਂ ਲਗਭਗ 32 ਸਾਲ ਦੀ ਰਾਜਨੀਤੀ ਦੀ ਜ਼ਿੰਦਗੀ ਦੇ ਵਿੱਚ ਮੈਂ ਇਸ ਤਰ੍ਹਾਂ ਨਹੀਂ ਦੇਖਿਆ। ਮੈਂ ਪਹਿਲੇ ਬੋਲ ਕੇ ਵੀ ਆਇਆ
ਕਿ ਕਿਤੇ ਇੱਕ ਅੱਧੇ ਪਿੰਡ ਦੇ ਵਿੱਚ ਕੋਈ ਰਾਜਨੀਤਿਕ ਰੰਜਿਸ਼ ਦੇ ਨਾਲ ਸਰਕਾਰਾਂ ਕਰ ਲੈਂਦੀਆਂ ਹੁੰਦੀਆਂ ਸੀ, ਪਰ ਹੋਲਸੇਲ ਦੇ ਵਿੱਚ ਗੁੰਡਾਗਰਦੀ ਨੂੰ ਹਾਇਰ ਕਰਕੇ ਜਿਹੜੇ ਗੈਂਗਸਟਰ ਟਾਈਪ ਲੋਕ ਸੀ ਉਹਨਾਂ ਨੂੰ ਹਾਇਰ ਕਰਕੇ 30,000 ਪਿੰਡ ਦਾ ਠੇਕਾ, 40,000 ਪਿੰਡ ਦਾ ਠੇਕਾ, ਬਾਕੀ ਪੈਸੇ MLA ਦੇ, ਇਸ ਤਰ੍ਹਾਂ ਦੇ ਹਾਇਰ ਕਰਕੇ ਅਤੇ ਲੋਕਾਂ ਕੋਲੋਂ ਫਾਈਲਾਂ ਖੋਹ ਲੈਣੀਆਂ ਹੈ, ਹੋਲਸੇਲ ਦੇ ਵਿੱਚ ਖੋਹੀਆਂ ਗਈਆਂ। ਲੋਕਾਂ ਨੇ ਤਾਂ 3-3, 4-4 ਫਾਈਲਾਂ ਬਣਾਈਆਂ ਹੋਈਆਂ ਸੀ, ਫਿਰ ਬਚ ਗਏ ਕਈ, ਪਰ ਇਹਨਾਂ ਨੇ ਤਾਂ ਬੜੇ ਹਲਕੇ ਦੇ ਵਿੱਚ ਗੁੰਡਾਗਰਦੀ ਕੀਤੀ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਧਰਨਾ ਲੱਗਿਆ ਹੋਇਆ ਸਾਰੀਆਂ ਜਥੇਬੰਦੀਆਂ ਦਾ ਸਾਂਝਾ, ਪਰ ਇਹ ਲਾਲ ਝੰਡੇ ਵਾਲੇ ਸਾਡੇ ਸਾਥੀਆਂ ਦੀ ਬੜੀ ਵੱਡੀ ਹਿੰਮਤ ਹੈ, ਇਹ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੇ ਨੇ, ਅਸੀਂ ਇਹਨਾਂ ਦੇ ਨਾਲ ਹਾਂ। ਮੈਂ ਕਹਿ ਕੇ ਚੱਲਿਆ ਕਿ ਪੂਰਾ ਇਹਨਾਂ ਨੂੰ ਸਾਡਾ ਸਮਰਥਨ ਹੈ, ਜੇ ਨਹੀਂ ਮਸਲਾ ਹੱਲ ਕਰਨਗੇ ਅਸੀਂ ਵੀ ਆਪਦੇ ਵਰਕਰ ਸਾਥੀਆਂ ਨੂੰ ਲਿਆ ਕੇ ਪੂਰਾ ਇਹਨਾਂ ਦੇ ਨਾਲ ਰਾਤ ਨੂੰ ਵੀ ਇੱਥੇ ਸੋਵਾਂਗੇ। ਮੈਂ ਆਪ ਅੱਜ ਰਾਤ ਨੂੰ ਮੈਂ ਕਹਿ ਕੇ ਚੱਲਿਆ ਇਹਨਾਂ ਨੂੰ, ਮੈਂ ਇੱਕ ਪੰਚਾਇਤ ਜੁੜੀ ਉੱਥੋਂ ਆ ਕੇ ਜਾ ਜਾਣਾ, ਜੇ ਮਸਲਾ ਹੱਲ ਨਹੀਂ ਹੋਏਗਾ ਰਾਤ ਨੂੰ ਅਸੀਂ ਆਪ ਇੱਥੇ ਆ ਕੇ ਸੋਵਾਂਗੇ, ਔਰ ਇਹਨਾਂ ਦੇ ਨਾਲ ਪੂਰਾ ਡਟ ਕੇ ਸਾਥ।